ਅਸੀਂ ਸਾਰੇ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਇਸ ਪ੍ਰੋਗਰਾਮ 'ਚ ਅਸੀਂ ਇੱਕ ਵਿਸ਼ੇਸ਼ ਗੱਲਬਾਤ ਕਰਨੀ ਹੈ ਦੋ ਪੁਲਿਸ ਆਫੀਸਰਸ ਦੇ ਨਾਲ ਦੋਨੋਂ ਪੁਲਿਸ ਆਫੀਸਰਸ ਜੋ ਹਨ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਯੋਰਕ ਰੀਜਨਲ ਪੁਲਿਸ ਵੱਲੋਂ ਧੰਨਵਾਦ ਸਹਿਤ ਪੇਸ਼ ਹੋ ਰਹੇ ਨੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੀਪ ਪਨੈਚ ਜੀ ਇਹਨਾਂ ਦਾ ਪ੍ਰੋਗਰਾਮ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਥੈਂਕ ਯੂ ਜਲਸੋ ਬਹੁਤ ਮਿਹਰਬਾਨੀ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਸਾਥੀ ਸੁਖਦੇਵ ਗਿੱਲ ਪੁਲਿਸ ਆਫੀਸਰ ਯੋਰਕ ਰੀਜਨਲ ਪੁਲਿਸ ਨੂੰ ਸਾਡੇ ਪ੍ਰੋਗਰਾਮ 'ਚ ਹਨ ਇਹਨਾਂ ਦਾ ਵੀ ਸਵਾਗਤ ਹੈ ਥੈਂਕ ਯੂ ਜਲਸੋ ਬਹੁਤ ਮਿਹਰਬਾਨੀ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਸਾਡੇ ਦਰਸ਼ਕ ਵੀ ਜਾਣਦੇ ਨੇ ਕਿ ਬਹੁਤ ਵਾਰ ਖਾਸ ਤੌਰ ਤੇ ਨੌਜਵਾਨ ਆਉਂਦੇ ਨੇ ਭਾਰਤ ਤੋਂ ਪੰਜਾਬ ਤੋਂ ਦੁਨੀਆ ਦੇ ਵੱਖ-ਵੱਖ ਇਲਾਕਿਆਂ ਤੋਂ ਕੈਨੇਡਾ ਦੇ ਵਿੱਚ ਕੋਈ ਨਵਾਂ ਸੁਪਨਾ ਲੈ ਕੇ ਤੇ ਉਹਨਾਂ ਦਾ ਹੁੰਦਾ ਕਿ ਜੀਵਨ ਦੇ ਵਿੱਚ ਕੋਈ ਨਾ ਕੋਈ ਸੁਪਨਾ ਸਾਕਾਰ ਕਰਨਾ ਹੈ ਤੇ ਕਈਆਂ ਦਾ ਤੇ ਇਹ ਵੀ ਹੁੰਦਾ ਕਿ ਅਸੀਂ ਪੁਲਿਸ ਆਫੀਸਰ ਬਣਨਾ ਹੈ ਤੇ ਪੁਲਿਸ ਆਫੀਸਰ ਬਣਨ ਦੇ ਸਿਲਸਿਲੇ ਦੇ ਵਿੱਚ ਕਈ ਵਾਰੀ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਹੁੰਦੀਆਂ ਨੇ ਕਈ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ ਤੇ ਫਿਰ ਕਈ ਵਾਰੀ ਲੇਕਿਨ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਨਹੀਂ ਜੀ ਕਿਉਂਕਿ ਮੈਂ ਬਾਹਰੋਂ ਆਇਆ ਇਸ ਕਰਕੇ ਕੈਨੇਡਾ ਦੇ ਵਿੱਚ ਮੇਰੀ ਪੁੱਗਣੀ ਨਹੀਂ ਮੈਂ ਨਸਲੀ ਵਿਤਕ ਦਾ ਸ਼ਿਕਾਰ ਹੋਵਾਂਗਾ ਜਾਂ ਹੋਵਾਂਗੀ ਸੋ ਇਸ ਕਿਸਮ ਦੇ ਆਪਣੇ ਆਪ ਦੇ ਵਿੱਚ ਮਨ ਦੇ ਵਿੱਚ ਹਾਵ ਭਾਵ ਬਣਾ ਕੇ ਜੋ ਹੈ ਕਿਸੇ ਤਰੀਕੇ ਦੇ ਨਾਲ ਆਪਣਾ ਮੋਟੀਵੇਸ਼ਨ ਜੋ ਹੈ ਉਹ ਖੋ ਦਿੱਤਾ ਜਾਂਦਾ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਇੱਕ ਤਾਂ ਦੋਨੋਂ ਪੁਲਿਸ ਆਫੀਸਰਸ ਪੂਰੀ ਦੀ ਪੂਰੀ ਯੂਨੀਫਾਰਮ ਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਨ ਇਹਨਾਂ ਕੋਲੋਂ ਅਸੀਂ ਜਾਣਕਾਰੀ ਲੈਣੀ ਹੈ ਕਿ ਕਮਾਲ ਦੀ ਗੱਲ ਤਾਂ ਇਹ ਹੈ ਕਿ ਦੋਨੇ ਪੰਜਾਬ ਤੋਂ ਆਏ ਹੋਏ ਨੇ ਇੱਥੋਂ ਦੇ ਬੋਰਨ ਨਹੀਂ ਨੇ ਸੋ ਪੰਜਾਬ ਤੋਂ ਆ ਕੇ ਇਹਨਾਂ ਨੇ ਪੁਲਿਸ ਆਫੀਸਰ ਬਣਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਅਸੀਂ ਸਭ ਤੋਂ ਪਹਿਲਾਂ ਗੁਰਦੀਪ ਪਨੈਚ ਜੀ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਕਿਵੇਂ ਸੰਭਵ ਹੋਇਆ ਜੀ ਕਿ ਤੁਸੀਂ ਪੁਲਿਸ ਆਫੀਸਰ ਬਣ ਗਏ ਜਲ ਸਾਹਿਬ ਪਹਿਲਾਂ ਤਾਂ ਇਹਦੇ ਪੁਲਿਸ ਅਫਸਰ ਬਣਨ ਲਈ ਮਿਨੀਮਮ ਰਿਕੁਆਇਰਮੈਂਟਸ ਹੁੰਦੀਆਂ ਨੇ ਅੱਛਾ ਜੀ ਜਦੋਂ ਤੁਸੀਂ ਉਹ ਮੀਟ ਕਰ ਜਾਂਦੇ ਹੋ ਜੇ ਤੁਸੀਂ ਪੁਲਿਸ ਅਫਸਰ ਬਣਨਾ ਕਿਸੇ ਵੀ ਲੈਵਲ 'ਤੇ ਜਾਂਦੇ ਹੋ ਕਿਸੇ ਜੋਬ ਲਈ ਜਾਂਦੇ ਹੋ ਕੰਪੀਟੀਸ਼ਨ ਹੁੰਦਾ ਠੀਕ ਹੈ ਇਟਸ ਲਾਈਕ ਇਹ ਨੋਰਮਲ ਸਿਚੁਏਸ਼ਨ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕੰਪੀਟੀਸ਼ਨ ਲਈ ਕਿਵੇਂ ਤਿਆਰ ਕਰਨਾ ਉਹਦੇ ਲਈ ਤੁਸੀਂ ਜਿਵੇਂ ਮੈਂ ਇੰਡੀਆ ਤੋਂ ਆਇਆ ਸੀ ਮੈਨੂੰ ਇੱਥੇ ਉਹਨਾਂ ਨੇ ਜਿਹੜੀ ਇਕੁਇਵਲੈਂਸ ਸੀ 12 ਗ੍ਰੇਡ ਦੇ ਤੇ ਤੇ ਉਹਦੇ ਲਈ ਮੈਂ ਮਿਨੀਮਮ ਐਜੂਕੇਸ਼ਨ ਰਿਕੁਆਇਰਮੈਂਟ ਮੀਟ ਕਰਦਾ ਸੀ ਪਰ ਮੈਂ ਫਿਰ ਵੀ ਕਾਲਜ ਗਿਆ ਅੱਛਾ ਜੀ ਮੈਂ ਕਾਲਜ ਲਾ ਇਨਫੋਰਸਮੈਂਟ ਕੀਤਾ ਨਾਲ ਮੈਂ ਮਿਲਟਰੀ ਜੁਆਇਨ ਕੀਤੀ ਪਾਰਟ ਟਾਈਮ ਹੈ ਜੀ ਤੇ ਹਸਪੀਟਲ ਦੇ ਵਿੱਚ ਵਲੰਟੀਅਰ ਵਰਕ ਕੀਤਾ ਸੋ ਇਕੱਲੀ ਐਜੂਕੇਸ਼ਨ ਨਹੀਂ ਨਾਲ ਤੁਹਾਡਾ ਲਾਈਫ ਐਕਸਪੀਰੀਅੰਸ ਜੇ ਤੁਸੀਂ ਕਮਿਊਨਿਟੀ ਦੀ ਹੈਲਪ ਕਰਨਾ ਚਾਹੁੰਦੇ ਹੋ ਤੁਹਾਡੇ ਪਹਿਲਾਂ ਐਕਸ਼ਨ ਕੀ ਨੇ ਹਾਂਜੀ ਤੁਸੀਂ ਪੁਲਿਸ ਅਫਸਰ ਬਣਨ ਤੋਂ ਪਹਿਲਾਂ ਕੀ ਕਰਦੇ ਰਹੇ ਹੋ ਕੋਈ ਤੁਹਾਡੇ ਕੋਲ ਵਲੰਟੀਅਰ ਵਰਕ ਹੈ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਰਹੇ ਹੋ ਇਹ ਸਾਰੀਆਂ ਚੀਜ਼ਾਂ ਜੀ ਕਾਊਂਟ ਕਰਦੀਆਂ ਨੇ ਤੇ ਮੈਂ ਸੁਜੈਸਟ ਕਰੂੰਗਾ ਵੀ ਇਕੱਲੇ ਜਿਕਸ ਨੇ ਵਾਕਈ ਸੀਰੀਅਸ ਹੈਗਾ ਵੀ ਇਕੱਲੀ ਮਿਨੀਮਮ ਨੂੰ ਨਾ ਦੇਖਣ ਜਿੰਨਾ ਵੀ ਵੱਧ ਤੋਂ ਵੱਧ ਆਪਣੇ ਆਪ ਨੂੰ ਕੰਪੀਟੀਸ਼ਨ ਨੂੰ ਤਿਆਰ ਕੀਤਾ ਜਾਂਦਾ ਕਿਉਂਕਿ ਜੀ ਐਪਲੀਕੇਸ਼ਨ ਬਹੁਤ ਆਉਂਦੀਆਂ ਨੇ ਜੇ ਇਹਨਾਂ ਨੇ 40 ਜਾਂ 50 ਅਫਸਰ ਰੱਖਣੇ ਹੁੰਦੇ ਐਪਲੀਕੇਸ਼ਨ 500, 1000, 1500 ਤੱਕ ਜਾਂਦੀ ਹੈਗੀ ਆ ਸੋ ਤੁਹਾਨੂੰ ਉਹ ਕੰਪੀਟੀਸ਼ਨ ਲਈ ਤਿਆਰ ਰਹਿਣਾ ਚਾਹੀਦਾ ਠੀਕ ਹੈ ਜੀ ਸੋ ਇਹ ਤਾਂ ਹਨ ਸਾਡੇ ਕੋਲ ਪੁਲਿਸ ਆਫੀਸਰ ਗੁਰਦੀਪ ਪਨੈਚ ਜੀ ਅਤੇ ਆਫੀਸਰ ਸੁਖਦੇਵ ਗਿੱਲ ਹੋਣਾ ਤੋਂ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਪੁਲਿਸ ਆਫੀਸਰ ਕਿੱਦਾਂ ਬਣੇ ਜੀ ਹਾਂਜੀ ਮੈਂ ਕੈਨੇਡਾ ਦੇ ਵਿੱਚ 96 ਦੇ ਵਿੱਚ ਆਇਆ ਸੀਗਾ ਜੀ ਸੋ ਉਸ ਤੋਂ ਬਾਅਦ ਆਈ ਸਟਾਰਟਡ ਹਾਈ ਸਕੂਲ ਹੇਅਰ ਅਤੇ ਉਸ ਤੋਂ ਬਾਅਦ ਮੈਂ ਕੈਨੇਡੀਅਨ ਮਿਲਟਰੀ ਜਿਵੇਂ ਗੁਰਦੀਪ ਨੇ ਦੱਸਿਆ ਜੀ ਮੈਂ ਵੀ ਰਿਜ਼ਰਵਸ ਦੇ ਵਿੱਚ ਕੰਮ ਕੀਤਾ ਜੀ ਟੋਰਾਂਟੋ ਸਕਾਟਿਸ਼ ਰੈਜੀਮੈਂਟ ਨਾਲ ਮੈਂ 3 ਈਅਰਸ ਕੰਮ ਕੀਤਾ ਜੀ ਅਤੇ ਉਸ ਤੋਂ ਬਾਅਦ ਆਈ ਡਿਡ ਪੁਲਿਸ ਫਾਊਂਡੇਸ਼ਨਸ ਅਤੇ ਉਸ ਤੋਂ ਬਾਅਦ ਏਅਰਪੋਰਟ 'ਤੇ ਕੀਤਾ ਜੀ ਥੋੜ੍ਹਾ ਚਿਰ ਕੰਮ ਵਾਲੰਟੀਅਰ ਵਰਕ ਇਜ਼ ਹਿਊਜ ਆਈ ਡਿਡ ਲੋਟ ਆਫ ਵਾਲੰਟੀਅਰ ਵਰਕ ਅਤੇ ਆਈ ਐਮ ਸਟਿਲ ਐਕਟਿਵ ਆਈ ਸਟਿਲ ਵਾਲੰਟੀਅਰ ਵਿਦ ਆਪਰੇਸ਼ਨ ਰੈੱਡ ਨੋਜ਼ ਇਟਸ ਅ ਵਾਲੰਟੀਅਰ ਪ੍ਰੋਗਰਾਮ ਦੈਟ ਰਨਸ ਇਨ ਬ੍ਰੈਂਪਟਨ ਤੋ ਜਿਵੇਂ ਗੁਰਦੀਪ ਨੇ ਦੱਸਿਆ ਜੀ ਵੱਧ ਤੋਂ ਵੱਧ ਜੇ ਤੁਸੀਂ ਸ਼ੋਅ ਕਰਦੇ ਹੋ ਕਿ ਅਸੀਂ ਕਮਿਊਨਿਟੀ ਲਈ ਆਹ ਕਰ ਸਕਦੇ ਹਾਂ ਜੀ ਤਾਂ ਤੁਹਾਡੇ ਚਾਂਸਿਸ ਜ਼ਿਆਦਾ ਹੋ ਜਾਂਦੇ ਨੇ ਸੋ ਵਾਲੰਟੀਅਰ ਵਰਕ 'ਤੇ ਦੋਨੋਂ ਆਫੀਸਰਸ ਬੜਾ ਜ਼ੋਰ ਦੇ ਰਹੇ ਨੇ ਪਰ ਅਕਸਰ ਇਹ ਵਾਲੰਟੀਅਰ ਵਰਕ ਦੇ ਬਾਰੇ 'ਚ ਸਾਡੇ ਭਾਈਚਾਰੇ ਦੇ ਵਿੱਚ ਅਕਸਰ ਸੋਚਿਆ ਜਾਂਦਾ ਹੈ ਕਿ ਲੈ ਹਾਂਜੀ ਮੁਫਤ ਅਸੀਂ ਆਪਣਾ ਟਾਈਮ ਕੱਢਾਂਗੇ ਅਸੀਂ ਮੁਫਤ ਆ ਕੁਝ ਕਰਦੇ ਫਿਰਾਂਗੇ ਸੋ ਇਸ ਤਰੀਕੇ ਦੇ ਨਾਲ ਨਹੀਂ ਇਹ ਕੈਨੇਡਾ ਹੈ ਕੈਨੇਡਾ ਦੇ ਵਿੱਚ ਜੇ ਅਸੀਂ ਆਉਂਦੇ ਹਾਂ ਤਾਂ ਵਾਲੰਟੀਅਰ ਵਰਕ ਜੋ ਹੈ ਇਹ ਕਾਊਂਟ ਕਰਦਾ ਹੈ ਤੁਸੀਂ ਇਹ ਸਾਰਾ ਕੁਝ ਸੋਚ ਕੇ ਇੱਕ ਤਰੀਕੇ ਦੇ ਨਾਲ ਮਨ ਦੇ ਵਿੱਚ ਇਹ ਜਜ਼ਬਾ ਸੀ ਕਿ ਮੈਂ ਪੁਲਿਸ ਆਫੀਸਰ ਬਣਨਾ ਤਦ ਕਰ ਰਹੇ ਸੀ ਹਾਂਜੀ ਮੈਂ 21 ਸੀਗਾ ਜੀ ਵੈਨ ਆਈ ਗਾਟ ਹਾਇਰਡ ਸੋ ਆਈ ਗਾਟ ਹਾਇਰਡ ਪ੍ਰੀਟੀ ਯੰਗ ਸੋ ਯਾ ਆਈ ਆਲਵੇਸ ਵਾਂਟਡ ਟੂ ਬੀ ਜਦੋਂ ਮੈਂ ਮਿਲਟਰੀ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਥੋੜ੍ਹਾ ਜ਼ਿਆਦਾ ਉਤਸ਼ਾਹ ਹੋ ਗਿਆ ਸੀਗਾ ਜੀ ਜੁਆਇਨ ਕਰਨ ਦਾ ਸੋ ਆਈ ਆਲਵੇਸ ਹੈਡ ਇਨ ਮਾਇੰਡ ਐਂਡ ਜੇ ਤੁਸੀਂ ਪਹਿਲਾਂ ਸੋਚ ਕੇ ਚੱਲੋਗੇ ਜੀ ਤਾਂ ਦੈਨ ਵਟ ਇਜ਼ ਇਟ ਕਾਲ ਯੂ ਸਟੇ ਆਊਟ ਆਫ ਟ੍ਰਬਲ ਹੈ ਜੀ ਜੇ ਤੁਸੀਂ ਕੋਈ ਛੋਟੇ ਬਹੁਤੇ ਇੰਸੀਡੈਂਟ 'ਚ ਇਨਵੋਲਵ ਹੋ ਜਾਂਦੇ ਹੋ ਦੈਟ ਕੈਨ ਆਲਸੋ ਅਫੈਕਟ ਵੈਨ ਯੂ ਗੈਟ ਹਾਇਰਡ ਜੇ ਤੁਸੀਂ ਥੋੜ੍ਹੇ ਕਿਹੋ ਜਿਹੇ ਕਰਾਊਡ ਨਾਲ ਤੁਸੀਂ ਹੈਂਗ ਆਊਟ ਕਰਦੇ ਹੋ ਜੀ ਜਿਵੇਂ ਬੱਚਿਆਂ ਦੇ ਕਿਹੋ ਜਿਹੇ ਉਹਨਾਂ ਦੇ ਦੋਸਤ ਨੇ ਉਹ ਕੀ ਕਰਦੇ ਨੇ ਉਹ ਸਾਰਾ ਕੁਝ ਕਾਊਂਟ ਕਰਦਾ ਜੀ ਬਿਕੋਜ਼ ਦੇ ਡੂ ਵੈਰੀ ਡੀਟੇਲ ਬੈਕਗਰਾਊਂਡ ਚੈੱਕ
ਸੋ ਤੁਸੀਂ ਪਹਿਲਾਂ ਸੋਚ ਕੇ ਚੱਲੋ ਮੈਂ ਕੀ ਕਰਨਾ ਚਾਹੁੰਦਾ ਜੀ ਜ਼ਿੰਦਗੀ ਦੇ ਵਿੱਚ ਅਤੇ ਇਸ ਕਰਕੇ ਜੇ ਤੁਸੀਂ ਫੋਕਸ ਰਹੋਗੇ ਕਿ ਮੈਂ ਹਾਂ ਪੁਲਿਸ ਆਫਿਸਰ ਬਣਨਾ ਹੋਵੇ ਇਟਸ ਨੋਟ ਹਾਰਡ ਐਜ ਵੀ ਆਰ ਐਗਜ਼ਾਮਪਲਸ ਹੇਅਰ ਬਟ ਯੂ ਹੈਵ ਟੂ ਬੀ ਰੀਅਲੀ ਫੋਕਸਡ ਔਨ ਵਟ ਯੂ ਵਾਂਟ ਟੂ ਠੀਕ ਹੈ ਜੀ ਇਹ ਨੇ ਸਾਡੇ ਕੋਲ ਸੁਖਦੇਵ ਗਿੱਲ ਅੱਛਾ ਕਦੀ ਤੁਹਾਡੇ ਮਨ ਦੇ ਵਿੱਚ ਆਉਂਦਾ ਨਹੀਂ ਸੀ ਪ੍ਰੋਸੈਸ ਦੇ ਦੌਰਾਨ ਕਿ ਮੈਂ ਇੰਡੀਅਨ ਹਾਂ ਮੇਰੀ ਹਾਂਜੀ ਸਕਿੰਨ ਦਾ ਕਲਰ ਗੋਰਿਆਂ ਵਰਗਾ ਨਹੀਂ ਹੈ ਮੈਨੂੰ ਤਾਂ ਉਹਨਾਂ ਨੇ ਲੈਣਾ ਹੀ ਨਹੀਂ ਹੈ ਇੱਦਾਂ ਨਹੀਂ ਕਦੇ ਆਇਆ ਸੀ ਨਹੀਂ ਜੀ ਇਹੋ ਜਿਹਾ ਕਦੇ ਨਹੀਂ ਆਇਆ ਜੀ ਅੱਜ ਤੱਕ ਮੈਨੂੰ ਹਾਇਰ ਹੋਏ ਨੂੰ ਵੀ ਆਲਮੋਸਟ 8 ਈਅਰਸ ਹੋਣ ਵਾਲੇ ਨੇ ਜੀ ਕਦੇ ਅੱਜ ਤੱਕ ਵੀ ਕੋਈ ਡਿਸਕ੍ਰਿਮੀਨੇਸ਼ਨ ਕੁਛ ਨਹੀਂ ਹੋਇਆ ਜੀ ਬਹੁਤ ਸਾਡੀ ਹੈਲਪ ਕਰਦੇ ਨੇ ਕਮੈਂਡ ਕਰਨੀ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਜੀ ਠੀਕ ਹੈ ਜੀ ਇਹ ਨੇ ਸਾਡੇ ਕੋਲ ਆਫਿਸਰ ਸੁਖਦੇਵ ਗਿੱਲ ਅਤੇ ਇਹਨਾਂ ਦੇ ਨਾਲ ਹੀ ਗੁਰਦੀਪ ਪਨੈਚ ਪ੍ਰੋਗਰਾਮ ਦੇ ਵਿੱਚ ਹਨ ਇਹਨਾਂ ਨੇ ਬੈਕਗਰਾਊਂਡ ਹਾਂਜੀ ਦੀ ਗੱਲ ਕੀਤੀ ਸੀਗੀ ਕਿ ਜੇ ਅਕਸਰ ਅਸੀਂ ਦੇਖਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਪੁਲਿਸ ਦੀਆਂ ਟਿਕਟਾਂ ਮਿਲਦੀਆਂ ਨੇ ਹੋਰ ਕਈ ਵਾਰੀ ਹਾਂਜੀ ਘਰੇਲੂ ਹਿੰਸਾ ਦੇ ਕਈ ਝਗੜੇ ਹੋ ਜਾਂਦੇ ਨੇ ਜਾਂ ਕਿਸੇ ਕਿਸੇ ਤਰੀਕੇ ਦੇ ਨਾਲ ਇਨਵੋਲਵ ਹੋ ਜਾਇਆ ਜਾਂਦਾ ਹੈ ਅਤੇ ਇਹ ਜੋ ਇਸ ਤਰੀਕੇ ਦਾ ਕਿਸੇ ਵਿਅਕਤੀ ਦਾ ਵਿਵਹਾਰ ਹੋਵੇ ਤਾਂ ਵੱਡੀ ਰੁਕਾਵਟ ਬਣਦੀ ਹੈ ਪੁਲਿਸ ਆਫਿਸਰ ਜੇ ਬਣਨਾ ਹੋਵੇ ਅਤੇ ਵੈਸੇ ਤਾਂ ਸੁਖਦੇਵ ਗਿੱਲ ਹੋਣਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਆਪਣਾ ਜੋ ਬਿਲਕੁਲ ਇੱਕਦਮ ਸਾਫ਼ ਸਲੇਟ ਵਰਗਾ ਤੁਹਾਡਾ ਜੋ ਹੈ ਇਹ ਰੈਕਡ ਹੋਣਾ ਚਾਹੀਦਾ ਹੈ ਸੋ ਇਹ ਬੈਕਗਰਾਊਂਡ ਚੈੱਕ ਖਾਸ ਤੌਰ 'ਤੇ ਜੀ ਸਾਡੀ ਕਮਿਊਨਿਟੀ ਦੇ ਵਿੱਚ ਆਮ ਤੌਰ 'ਤੇ ਇੱਕ ਵੱਡੀ ਸਮੱਸਿਆ ਹੈ ਕਿਉਂਕਿ ਜੇ ਪੁਲਿਸ ਦੀ ਟਿਕਟ ਵੀ ਮਿਲ ਗਈ ਤਾਂ ਅਜਿਹੀ ਬੈਕਗਰਾਊਂਡ ਵੀ ਹੈ ਜੋ ਇਹ ਇੰਪੈਕਟ ਪੈਂਦਾ ਫਿਰ ਹਾਂਜੀ ਬੈਕਗਰਾਊਂਡ ਦੇ ਵਿੱਚ ਸਾਰੀਆਂ ਕੰਬੀਨੇਸ਼ਨ ਆਫ ਮੈਨੀ ਥਿੰਗਸ ਟਿਕਟਸ ਤਾਂ ਹੈਗੀਆਂ ਨੇ ਕ੍ਰਿਮੀਨਲ ਰੈਕਡ ਤਾਂ ਉਹ ਤਾਂ ਜਾਣੀ ਕਿ ਆਟੋਮੈਟਿਕ ਹੀ ਹੈ ਬਾਕੀ ਵੀ ਤੁਸੀਂ ਸਕੂਲ ਦੇ ਵਿੱਚ ਤੁਹਾਡਾ ਟੀਚਰਾਂ ਨਾਲ ਕੀ ਵਿਹਾਰ ਆ ਤੁਹਾਨੂੰ ਸਕੂਲ 'ਚ ਤਾਂ ਨਹੀਂ ਕੱਢਿਆ ਗਿਆ ਜੇ ਤੁਸੀਂ ਕੰਮ 'ਤੇ ਜਾਂਦੇ ਹੋ ਤੁਹਾਡੀ ਕੰਮ ਦੇ ਉੱਤੇ ਹਰੇਕ ਮਹੀਨੇ ਬਾਅਦ ਤੁਸੀਂ ਕੰਮ ਚੇਂਜ ਕਰ ਰਹੇ ਹੋ ਕਿਤੇ ਕੰਮ 'ਤੇ ਟਿਕ ਨਹੀਂ ਰਹੇ ਜਾਂ ਤੁਹਾਡੇ ਕੁਲੀਗਸ ਨਾਲ ਕੋ ਵਰਕਰਸ ਨਾਲ ਤੁਹਾਡਾ ਕੀ ਹੈਗਾ ਤੁਹਾਡੇ ਈਵਨ ਨੇਬਰਸ ਨਾਲ ਤੁਸੀਂ ਕਿਵੇਂ ਪੇਸ਼ ਆਉਂਦੇ ਹੋ ਹੈਂਜੀ ਇਹ ਸਾਰੀਆਂ ਗੱਲਾਂ ਬੈਕਗਰਾਊਂਡ ਦੇ ਵਿੱਚ ਆਉਂਦੀਆਂ ਨੇ ਬਿਕਾਜ਼ ਐਟ ਦੀ ਐਂਡ ਆਫ ਦ ਡੇ ਵਨ ਯੂ ਬਿਕਮ ਪੁਲਿਸ ਆਫਿਸਰ ਤੁਹਾਡੇ ਕੋਲ ਅਥਾਰਟੀ ਹੁੰਦੀ ਹੈ ਸਾਡੀ ਕੁਛ ਪਾਵਰ ਹੁੰਦੀ ਹੈ ਉਹਦੇ ਨਾਲ ਰਿਸਪੋਂਸੀਬਿਲਟੀਜ਼ ਵੀ ਹੁੰਦੀਆਂ ਨੇ ਠੀਕ ਆ ਸੋ ਪੁਲਿਸ ਸਰਵਿਸ ਵਟ ਦੇ ਵਨ ਸੀਜ਼ ਵੀ ਜੇ ਇਸ ਬੰਦੇ ਨੂੰ ਅਥਾਰਟੀ ਜਾਂ ਪਾਵਰ ਮਿਲਦੀ ਹੈ ਘੱਟੋ ਘੱਟ ਹੀ ਕੈਨ ਕੰਡਕਟ ਹਿਮਸੈਲਫ ਰਿਸਪੋਂਸੀਬਲੀ ਮਿਸ ਯੂਜ਼ ਨਾ ਹੋਵੇ ਸੋ ਉਹ ਚੀਜ਼ਾਂ ਦੇਖਣ ਲਈ ਉਹ ਪਹਿਲਾਂ ਬੈਕਗਰਾਊਂਡ ਦੇ ਵਿੱਚ ਦੇਖਦੇ ਵੀ ਬੰਦਾ ਪਹਿਲਾਂ ਕਿਵੇਂ ਕੰਡਕਟ ਕਰਦਾ ਆਪਣੇ ਜੇ ਪਹਿਲਾਂ ਹੀ ਬੰਦਾ ਲਲਕਾਰੇ ਮਾਰਦਾ ਦਾਰੂ ਪੀ ਕੇ ਰਾਤ ਨੂੰ ਹੈ ਜੀ ਅਤੇ ਜਾਂ ਹਰੇਕ ਬੰਦੇ ਨਾਲ ਲੜਦਾ ਜਾਂ ਉਹ ਚੀਜ਼ਾਂ ਕਾਊਂਟ ਹੁੰਦੀਆਂ ਸਰ ਉਹਨੂੰ ਬੈਕਗਰਾਊਂਡ ਕਹਿੰਦੇ ਨੇ ਸੋ ਉਹਦੇ ਵਿੱਚ ਸਾਰੇ ਬੰਦੇ ਠੀਕ ਹੈ ਕਿਤੇ ਨਾ ਕੋਈ ਗੱਲ ਹੋ ਜਾਂਦੀ ਹੈ ਜੇ ਇੱਕ ਅੱਧਾ ਬੰਦਾ ਕਹਿੰਦਾ ਮਾੜਾ ਦਿਸ ਫਾਈਨ ਪਰ ਜੇ ਮੈਜੋਰਟੀ ਬੰਦੇ ਕਹਿ ਰਹੇ ਵੀ ਨਹੀਂ ਹੀ ਇਜ਼ ਨਾਟ ਫਿਟ ਦੈਨ ਦੈਟ ਕਾਊਂਟਸ ਬਿਗ ਟਾਈਮ ਅੱਛਾ ਜਦੋਂ ਤੁਸੀਂ ਕਦੀ ਪੁਲਿਸ ਆਫਿਸਰ ਬਣਨ ਬਾਰੇ ਸੋਚਦੇ ਸੀਗੇ ਇੱਥੇ ਕੈਨੇਡਾ ਦੇ ਵਿੱਚ ਆ ਕੇ ਤਾਂ ਤੁਹਾਨੂੰ ਤਾਂ ਨਹੀਂ ਸੀ ਲੱਗਦਾ ਕਿ ਮੇਰੀ ਚਮੜੀ ਰੰਗ ਦਾ ਹਾਂਜੀ ਅਤੇ ਜਾਂ ਫਿਰ ਮੇਰੀ ਬੈਕਗਰਾਊਂਡ ਮੈਂ ਤਾਂ ਏਸ਼ੀਅਨ ਹਾਂ ਅਤੇ ਮੈਨੂੰ ਸ਼ਾਇਦ ਇਸ ਕਰਕੇ ਲੈਣਗੇ ਨਹੀਂ ਫੋਰਸ ਦੇ ਵਿੱਚ ਨਹੀਂ ਜੀ ਕਦੇ ਨਹੀਂ ਆਇਆ ਮੈਨੂੰ ਕੁਛ ਆਪਣੇ ਕਮਿਊਨਿਟੀ ਦੇ ਮੈਂਬਰਾਂ ਨੇ ਕਿਹਾ ਸੀ ਵੀ ਇੱਥੇ ਦੇ ਜੰਮੇ ਪਲੇ ਮੁੰਡਿਆਂ ਨੂੰ ਨਹੀਂ ਜੋਬ ਮਿਲਦੀ ਵੀ ਯੂ ਆਰ ਵੇਸਟਿੰਗ ਅ ਟਾਈਮ ਬਿਕਾਜ਼ ਜਦੋਂ ਮੈਂ ਆਇਆ ਸੀਗਾ ਇੰਗਲਿਸ਼ ਵਾਜ਼ ਲਿਮਿਟਡ ਨਹੀਂ ਸੀਗੀ ਇੰਨੀ ਜੀ ਉੱਥੋਂ ਪਰ ਫਿਰ ਮੇਰਾ ਬਿਕਾਜ਼ ਜਿਵੇਂ ਫੋਕਸ ਦੇਵ ਨੇ ਕਿਹਾ ਫੋਕਸ ਸੀਗਾ ਮੈਂ ਆਪਣਾ ਛੱਡਿਆ ਨਹੀਂ ਜੀ ਲੱਗਿਆ ਰਿਹਾ ਨਾਲ ਦੀ ਨਾਲ ਮਿਹਨਤ ਕੀਤੀ ਅਤੇ ਐਟ ਦੀ ਐਂਡ 'ਤੇ ਮੈਨੂੰ ਲੱਗਿਆ ਵੀ ਮੈਨੂੰ ਜਦੋਂ ਮੈਂ ਰੈਡੀ ਸੀ ਮੈਨੂੰ ਫੋਰਸ ਨੇ ਹਾਂ ਕਰਤੀ ਸੀ ਵੀ ਤੂੰ ਆ ਜਾ ਉਦੋਂ ਪਹਿਲਾਂ ਨਹੀਂ ਉਹਨਾਂ ਨੇ ਕਿਹਾ ਸੋ ਮੈਨੂੰ ਨਹੀਂ ਜੀ ਕਦੇ ਲੱਗਿਆ ਵੀ ਕੋਈ ਰੰਗ ਦਾ ਨਾ ਮੇਰੇ ਮਨ 'ਚ ਆਇਆ ਵੀ ਉਹ ਹੋਊਗਾ ਅਤੇ ਨਾ ਹੀ ਕਦੇ ਪਰਸਨਲੀ ਮੈਂ ਫੀਲ ਕੀਤਾ ਠੀਕ ਹੈ ਜੀ ਸੋ ਆਪਣੇ ਇਸ ਕਿਸੇ ਇਨਫੀਰੀਅਰ ਕੰਪਲੈਕਸ ਦੇ ਵਿੱਚ ਨਹੀਂ ਰਹਿਣਾ ਆਪਣੇ ਆਪ ਨੂੰ ਤਿਆਰ ਕਰਨਾ ਦੋਨੋਂ ਆਫਿਸਰਸ ਦੱਸ ਰਹੇ ਨੇ ਸੋ ਜਿੰਨੇ ਕੁ ਵੀ ਨੌਜਵਾਨਾਂ ਦੇ ਮਨ ਦੇ ਵਿੱਚ ਹੋਵੇ ਕਿ ਇੱਥੇ ਉਹਨਾਂ ਨੇ ਪੁਲਿਸ ਦੇ ਵਿੱਚ ਸਰਵਿਸ ਕਰਨੀ ਹੈ ਇੱਕ ਤਰੀਕੇ ਦੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਣੇ ਆਪ ਨੂੰ ਤਿਆਰ ਕਰਨਾ ਅਤੇ ਫਿਰ ਤਿਆਰ ਬਰ ਤਿਆਰ ਰਹਿਣਾ ਇਸ ਕਿਸਮ ਦਾ ਜੇ ਐਟੀਚਿਊਡ ਹੋਏਗਾ ਤਾਂ ਸਫਲਤਾ ਜ਼ਰੂਰ ਪ੍ਰਾਪਤ ਹੋ ਸਕਦੀ ਹੈ ਸੋ ਜਿਸ ਤਰੀਕੇ ਦੇ ਨਾਲ ਸਾਰੀਆਂ ਹੀ ਫੋਰਸਿਸ ਦੇ ਵਿੱਚ ਇੱਕ ਤਰੀਕੇ ਨਾਲ ਉਹ ਚਾਹੁੰਦੇ ਨੇ ਕਿ ਸਾਊਥ ਏਸ਼ੀਅਨਸ ਮਾਈਨੋਰਿਟੀ ਦੇ ਵਿੱਚੋਂ ਨੌਜਵਾਨ ਆਉਣ ਫੋਰਸਿਸ ਦੇ ਵਿੱਚ ਭਰਤੀ ਹੋਣ ਅਤੇ ਜੇ ਫਰਜ਼ ਕੀਤਾ ਤੁਹਾਡੇ ਮਨ ਵਿੱਚ ਕੋਈ ਹਾਂਜੀ ਇਨਫੀਰੀਅਰ ਕੰਪਲੈਕਸ ਨਹੀਂ ਸੀਗਾ ਅਤੇ ਜਾਂ ਫਿਰ ਇਸ ਦੇ ਉਲਟ ਇਹ ਤਾਂ ਨਹੀਂ ਸੀ ਤੁਹਾਨੂੰ ਲੱਗਦਾ ਕਿ ਮੈਂ ਮਾਈਨੋਰਿਟੀਜ਼ ਦੇ ਵਿੱਚੋਂ ਹਾਂ ਮੈਨੂੰ ਇਹਦਾ ਕੋਈ ਫਾਇਦਾ ਹੋਏਗਾ ਨਹੀਂ ਜੀ ਫਾਇਦਾ ਜਾਂ ਨੁਕਸਾਨ ਵਾਲੀ ਤਾਂ ਅੱਜ ਤੱਕ ਕਦੇ ਗੱਲ ਸਾਹਮਣੇ ਨਹੀਂ ਆਈ ਜੀ ਇਹੀ ਸੀਗਾ ਜੇ ਤੁਸੀਂ ਜਿਵੇਂ ਅਸੀਂ ਪਹਿਲਾਂ ਸ਼ੁਰੂ ਤੋਂ ਹੀ ਅਸੀਂ ਕਹਿ ਰਹੇ ਹਾਂ ਕਿ ਜੇ ਤੁਸੀਂ 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 ਦੱਸੋ ਵੀ ਤੁਸੀਂ ਕੀ ਲਿਆ ਰਹੇ ਹੋ ਜੀ ਵਟ ਆਰ ਯੂ ਬ੍ਰਿੰਗਿੰਗ ਟੂ ਦ ਟੇਬਲ ਤੁਸੀਂ ਬਾਕੀ ਨਾ ਸੋਚੋ ਵੀ ਲੋਕ ਕੀ ਕਹਿ ਰਹੇ ਨੇ ਕੀ ਹੋਊਗਾ ਜਾਂ ਉਹ ਕੀ ਕਹੂਗਾ ਮੇਰੀ ਬੈਕਗਰਾਊਂਡ ਵਾਸਤੇ ਜਿਵੇਂ ਗੁਰਦੀਪ ਨੇ ਦੱਸਿਆ ਦੇ ਵਾਂਟ ਲਾਰ ਬੈਕਗਰਾਊਂਡ ਚੈੱਕ ਸੋ ਜੇ ਉਹ ਤੁਹਾਨੂੰ ਇੰਪਲੋਇਰਸ ਦਾ ਵੀ ਦੱਸਣਾ ਪੈਣਾ ਜੀ ਨੇਬਰਸ ਦਾ ਵੀ ਦੱਸਣਾ ਪੈਣਾ ਫੈਮਿਲੀ ਮੈਂਬਰਸ ਫਰੈਂਡਸ ਸੋ ਆਊਟ ਲੈਟਸ ਸੇ ਦੇਰ ਇਜ਼ 12 ਪੀਪਲ ਦੈਟ ਦੇ ਗੋਇੰਗ ਟੂ ਕਾਲ ਟੂ ਚੈੱਕ ਯੂਰ ਬੈਕਗਰਾਊਂਡ ਜੇ ਇੱਕ ਪਰਸਨ ਨੇ ਕੋਈ ਗਲਤ ਕਹਿਤਾ ਇਹਦਾ ਮਤਲਬ ਇਹ ਨਹੀਂ ਤੁਸੀਂ ਆਟੋਮੈਟਿਕਲੀ ਡਿਸਕੁਆਲੀਫਾਈ ਹੋ ਜਾਂਦੇ ਹੋ ਸੋ ਤੁਸੀਂ ਇਹ ਸੋਚੋ ਕਿ ਤੁਸੀਂ ਟੇਬਲ 'ਤੇ ਕੀ ਲੈ ਰਹੇ ਹੋ ਬਾਕੀ ਨਾ ਸੋਚੋ ਵੀ ਹੋਰ ਕੀ ਹੋਊਗਾ ਜੀ ਠੀਕ ਹੈ ਜੀ ਸੋ ਟੇਬਲ 'ਤੇ ਇਨ ਦਾ ਸੈਂਸ ਆਫਿਸਰ ਸੁਖਦੇਵ ਗਿੱਲ ਹੋਣਾ ਦਾ ਕਹਿਣ ਦਾ ਭਾਵ ਹੈ ਕਿ ਤੁਹਾਡੀਆਂ ਕੁਆਲੀਫਿਕੇਸ਼ਨਸ ਤੁਹਾਡੀਆਂ ਐਬਿਲਿਟੀਜ਼
ਹੈ ਜੀ ਟੇਬਲ ਤੇ ਪੰਜਾਬ ਦੇ ਵਿੱਚ ਤੇ ਆਪਾਂ ਕੁਝ ਹੋਰ ਸਮਝ ਜਾਂਦੇ ਆ ਨਾ ਕਿ ਤੁਸੀਂ ਕੀ ਲਿਆ ਰਹੇ ਹੋ ਸੋ ਸਮਝਣ ਦੀ ਇਹ ਲੋੜ ਹੈ ਜੀ ਸਾਡੇ ਦਰਸ਼ਕ ਜੁੜੇ ਹੋਏ ਨੇ ਪ੍ਰੋਗਰਾਮ ਦੇ ਨਾਲ ਕਿ ਆਪਣੀਆਂ ਅਬਿਲਿਟੀਜ਼ ਆਪਣੀਆਂ ਯੋਗਤਾਵਾਂ ਦੇ ਲਿਹਾਜ਼ ਦੇ ਨਾਲ ਤੁਹਾਡੇ ਕੋਲ ਕੀ ਹੈ ਤੁਸੀਂ ਆਪਣੇ ਵੱਲੋਂ ਕੀ ਲੈ ਕੇ ਆ ਰਹੇ ਹੋ ਤਾਂ ਕਿ ਫੋਰਸ ਨੂੰ ਉਸ ਦਾ ਫਾਇਦਾ ਹੋ ਸਕੇ ਯਾਰਕ ਰੀਜਨਲ ਪੁਲਿਸ ਤੋਂ ਦੋ ਪੁਲਿਸ ਆਫੀਸਰ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਨ ਇੱਕ ਤੇ ਹਨ ਸੁਖਦੇਵ ਗਿੱਲ ਤੇ ਇੱਕ ਹਨ ਸਾਡੇ ਪ੍ਰੋਗਰਾਮ ਦੇ ਵਿੱਚ ਗੁਰਦੀਪ ਪਨੈਚ ਜੀ ਦੋਨੋਂ ਹੀ ਪੰਜਾਬ ਦੇ ਬੋਰਨ ਹਨ ਪੰਜਾਬ ਦੇ ਬੋਰਨ ਹੋਣ ਦੇ ਬਾਵਜੂਦ ਇੱਥੇ ਆ ਕੇ ਯਾਰਕ ਰੀਜਨਲ ਪੁਲਿਸ ਦੇ ਵਿੱਚ ਇਹ ਸੇਵਾ ਨਿਭਾ ਰਹੇ ਹਨ ਬੜੀ ਆਪਣੇ ਆਪ ਦੇ ਵਿੱਚ ਇੱਕ ਕਮਾਲ ਦੀ ਗੱਲ ਹੈ ਕਿਉਂਕਿ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਜਿਸ ਵੇਲੇ ਰੋਲ ਮਾਡਲ ਬਣ ਕੇ ਆਉਂਦੀਆਂ ਨੇ ਪੇਸ਼ ਹੁੰਦੀਆਂ ਨੇ ਤਾਂ ਫਿਰ ਨੌਜਵਾਨਾਂ ਨੂੰ ਕਾਫੀ ਉਤਸ਼ਾਹ ਮਿਲਦਾ ਹੈ ਕਿਉਂਕਿ ਆਮ ਤੌਰ 'ਤੇ ਜਿਸ ਤਰ੍ਹਾਂ ਦੱਸਿਆ ਜਾਂ ਗੁਰਦੀਪ ਪਨੈਚ ਹੋਣਾ ਨੇ ਵੀ ਕਿ ਸਾਨੂੰ ਆਪਣੇ ਭਾਈਚਾਰੇ ਦੇ ਲੋਕ ਕਈ ਵਾਰੀ ਕਹਿੰਦੇ ਸੀਗੇ ਕਿ ਤੁਸੀਂ ਆਪਣਾ ਟਾਈਮ ਵੇਸਟ ਕਰ ਰਹੇ ਹਾਂ ਪਰ ਲੇਕਿਨ ਕਿ ਇਹਨਾਂ ਦਾ ਡਿਟਰਮੀਨੇਸ਼ਨ ਸੀਗਾ ਇਹਨਾਂ ਦਾ ਇਰਾਦਾ ਪੱਕਾ ਸੀ ਅਤੇ ਕਾਮਯਾਬ ਹੋਏ ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਸੀਂ ਪਨੈਚ ਜੀ ਸਾਡੇ ਖਾਸ ਤੌਰ 'ਤੇ ਨੌਜਵਾਨ ਦਰਸ਼ਕਾਂ ਨੂੰ ਜਿਹੜੇ ਕਿ ਪੁਲਿਸ ਫੋਰਸ ਵਿੱਚ ਜਾਣਾ ਚਾਹੁੰਦੇ ਸੋਚਦੇ ਹੋਣਗੇ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਜੀ ਵੀ ਆਪਣਾ ਇੱਕ ਫੋਕਸ ਰੱਖੋ ਠੀਕ ਹੈ ਜੀ ਅਤੇ ਇਕੱਲੀ ਮਿਨੀਮਮ ਕੁਆਲੀਫਿਕੇਸ਼ਨ ਨੂੰ ਦੇਖੋ ਆਪਣੇ ਆਪ ਨੂੰ ਕੰਪੀਟੀਸ਼ਨ ਲੈਵਲ ਲਈ ਤਿਆਰ ਰੱਖੋ ਵਲੰਟੀਅਰ ਵਰਕ ਜਿਵੇਂ ਕਿਹਾ ਅਤੇ ਵਰਾਇਟੀ ਆਫ ਐਕਸਪੀਰੀਅੰਸ ਹੋਵੇ ਲਾਈਫ ਦਾ ਠੀਕ ਹੈ ਇਕੱਲੀ ਐਜੂਕੇਸ਼ਨ ਨਹੀਂ ਜਿਵੇਂ ਕਿ ਤੁਹਾਡੇ ਕੋਲ ਬੀਏ ਵੀ ਹੋ ਸਕਦੀ ਹੈ ਪਰ ਜੇ ਤੁਸੀਂ ਜੋਬ ਨਹੀਂ ਕਦੇ ਕੀਤੀ ਬਾਹਰ ਤੁਹਾਡਾ ਲਾਈਫ ਐਕਸਪੀਰੀਅੰਸ ਨਹੀਂ ਕਿਉਂਕਿ ਐਜ਼ ਅ ਪੁਲਿਸ ਆਫਿਸਰ ਤੁਹਾਨੂੰ ਲੋਕਾਂ ਦੀਆਂ ਜਾ ਕੇ ਸਿਚੁਏਸ਼ਨਸ ਪ੍ਰੋਬਲਮਸ ਨੂੰ ਰਿਜ਼ੋਲਵ ਕਰਨਾ ਪੈਂਦਾ ਤੁਹਾਡੇ ਕੋਲ ਲਾਈਫ ਐਕਸਪੀਰੀਅੰਸ ਹੋਵੇ ਠੀਕ ਸੋ ਆਪਣੇ ਆਪ ਨੂੰ ਕੰਮ ਪਾਰਟ ਟਾਈਮ ਕਰੋ ਜੇ ਫੁੱਲ ਟਾਈਮ ਪੜ੍ਹ ਰਹੇ ਹੋ ਵਲੰਟੀਅਰ ਵਰਕ ਅਤੇ ਜਿਹੜੇ ਆਪਣੇ ਐਕਸ਼ਨ ਨੇ ਵਾਕਈ ਸਹੀ ਅਤੇ ਪੋਜ਼ਿਟਿਵ ਰੱਖੋ ਬਿਲਕੁਲ ਜੀ ਐਕਸ਼ਨ ਆਪਣੇ ਸਹੀ ਰੱਖੋ ਮਚਿਓਰ ਪਰਸਨ ਬਣ ਕੇ ਰਹੋ ਕਈ ਵਾਰੀ ਕਈਆਂ ਨੂੰ ਹੁੰਦਾ ਜੀ ਕਿ ਲੈ ਪੁਲਿਸ ਮੇਰਾ ਕੀ ਕਰ ਲੂਗੀ ਅਦਾਲਤ ਮੇਰਾ ਕੀ ਕਰ ਲੂਗੀ ਪਰ ਲੇਕਿਨ ਕਿ ਇੱਕ ਵਾਰ ਦਾ ਬਣਿਆ ਹੋਇਆ ਰੈਕਰਡ ਜਿਸ ਵੇਲੇ ਉਮਰ ਭਰ ਉਹ ਤੁਹਾਨੂੰ ਡਰੈਕ ਕਰਦਾ ਅਤੇ ਫਿਰ ਹਾਂਜੀ ਪਤਾ ਲੱਗਦਾ ਕਿ ਪੁਲਿਸ ਇੱਥੋਂ ਦੀ ਕਾਫੀ ਕੁਝ ਕਰ ਸਕਦੀ ਹੈ ਅਦਾਲਤਾਂ ਕਾਫੀ ਕੁਝ ਕਰ ਸਕਦੀਆਂ ਨੇ ਜੇ ਉਹ ਕਰਨ 'ਤੇ ਆ ਜਾਣ ਅਤੇ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਸੁਖਦੇਵ ਗਿੱਲ ਪੁਲਿਸ ਆਫਿਸਰ ਤੁਸੀਂ ਜੀ ਸਾਡੇ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਨੌਜਵਾਨਾਂ ਨੂੰ ਆਪਣੇ ਵੱਲੋਂ ਖਾਸ ਕੋਈ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਖੁਦ 21 ਈਅਰ ਓਲਡ ਸੀਗਾ ਜਦ ਮੈਂ ਹਾਇਰ ਹੋਇਆ ਸੋ ਇਟਸ ਦੇਅਰ ਇਜ਼ ਨਥਿੰਗ ਇੰਪੋਸੀਬਲ ਤੁਸੀਂ ਟਰਾਈ ਕਰੋ ਫੋਕਸਡ ਰਹੋ ਅਤੇ ਬੀ ਪੋਜ਼ਿਟਿਵ ਅਤੇ ਜੇ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਜੀ ਤਾਂ www.yrp ਯੋਰਕ ਰੀਜਨਲ ਪੁਲਿਸ .ca ਤੇ ਜਾ ਕੇ ਤੁਸੀਂ ਰਿਕਰੂਟਿੰਗ ਦੇ ਥੱਲੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈਗੀ ਹੈ ਜੀ ਇਨਫੋਰਮੇਸ਼ਨ ਸੈਸ਼ਨਸ ਵੀ ਹੁੰਦੇ ਨੇ ਅਤੇ ਫਿਜ਼ੀਕਲ ਤੁਹਾਨੂੰ ਕੀ ਚਾਹੀਦਾ ਸਾਰੀ ਇਨਫੋਰਮੇਸ਼ਨ ਵੈਬਸਾਈਟ ਦੇ ਉੱਤੇ ਹੈਗੀ ਆ ਵਾਂਸ ਅਗੇਨ www.yrp.ca ਤੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਬਿਲਕੁਲ ਜੀ ਸੋ ਪ੍ਰੋਗਰਾਮ ਦੇ ਚੱਲਦਿਆਂ ਤੁਹਾਨੂੰ ਸਕਰੀਨ 'ਤੇ ਇਹ ਰਿਕਰੂਟਿੰਗ ਦਾ ਜੋ ਟੋਲ ਫਰੀ ਫੋਨ ਨੰਬਰ ਹੈ ਉਹ ਦਿਖਾਇਆ ਗਿਆ ਇਸ ਦੇ ਨਾਲ ਹੀ ਵੈਬਸਾਈਟ ਦੱਸੀ ਹੈ ਸੁਖਦੇਵ ਗਿੱਲ ਹੋਣਾ ਨੇ ਵੀ ਅਤੇ ਇਸ ਦੇ ਨਾਲ ਹੀ ਸਕਰੀਨ 'ਤੇ ਵੀ ਇਹ ਵੈਬਸਾਈਟ ਜੋ ਹੈ ਇਹ ਆ ਰਹੀ ਹੈ ਇਸ 'ਤੇ ਤੁਸੀਂ ਜਾਓ www.yrp.ca ਤੇ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰੋ ਅਤੇ ਜਿਸ ਤਰ੍ਹਾਂ ਦੋਨੋਂ ਹੀ ਆਫਿਸਰਸ ਨੇ ਦੱਸਿਆ ਕਿ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖੋ ਅਤੇ ਜੇ ਰੱਖੋਗੇ ਤਿਆਰ ਬਰ ਤਿਆਰ ਫੋਕਸ ਰਹੋਗੇ ਕਿ ਤੁਸੀਂ ਜੀਵਨ ਦੇ ਵਿੱਚ ਪ੍ਰਾਪਤੀ ਕੀ ਕਰਨੀ ਹੈ ਅਤੇ ਪ੍ਰਾਪਤੀ ਹੋਵੇਗੀ ਜ਼ਰੂਰ ਕਿਉਂਕਿ ਕੈਨੇਡਾ ਦੇਸ਼ ਹੈ ਸਾਰਿਆਂ ਦੇ ਲਈ ਇਕੁਅਲ ਓਪਰਚੁਨਿਟੀਜ਼ ਨੇ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਕੁਆਲੀਫਿਕੇਸ਼ਨਸ ਕਿਹੜੀਆਂ ਹਨ ਸੋ ਇਸ ਚੀਜ਼ ਨੇ ਨਿਰਧਾਰਤ ਕਰਨਾ ਸੁਖਦੇਵ ਗਿੱਲ ਅਤੇ ਗੁਰਦੀਪ ਪਨੈਚ ਹੋਣਾ ਨੇ ਬਾਖੂਬੀ ਪ੍ਰੋਗਰਾਮ ਦੇ ਵਿੱਚ ਆ ਕੇ ਦੱਸਿਆ ਅਸੀਂ ਦੋਨੋਂ ਹੀ ਆਫਿਸਰਸ ਦਾ ਬਹੁਤ ਹਾਰਦਿਕ ਧੰਨਵਾਦ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਆਏ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਅਤੇ ਇਸ ਦੇ ਨਾਲ ਯਾਰਕ ਰੀਜਨਲ ਪੁਲਿਸ ਅਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਤਿਆਰ ਕਰ ਪਾਏ ਦਿਓ ਮੈਨੂੰ ਸਤਪਾਲ ਸਿੰਘ ਜੌਲ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ